ਇੱਕ ਤ੍ਰਿਕੋਣ ਦੀ ਰਚਨਾ ਕਰਨਾ ਇੱਕ ਤ੍ਰਿਕੋਣ ਦੀ ਰਚਨਾ ਕਰਨਾ ਜਦੋਂ ਇਸ ਦੀ ਪੂਜਾਵਾਂ ਦੀ ਲੰਬਾਈ ਦਿੱਤੀ ਗਈ ਹੋਵੇ ਤ੍ਰਿਕੋਣ ਦੀ ਰਚਨਾ ਕਰਨ ਤੋਂ ਪਹਿਲਾਂ ਅਸੀਂ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਸਿੱਖਾਂਗੇ ਤ੍ਰਿਕੋਣ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਤ੍ਰਿਕੋਣ ਦੇ ਬਾਹਰੀ ਕੋਣ ਦਾ ਮਾਪ ਅੰਦਰਲੇ ਵਿਪਰੀਤ ਕੋਣਾਂ ਦੇ ਮਾਪ ਦੇ ਜੋੜ ਦੇ ਬਰਾਬਰ ਹੁੰਦਾ ਹੈ ਤ੍ਰਿਕੋਣ ਦੇ ਤਿੰਨ ਕੋਣਾਂ ਦੇ ਮਾਪ ਦਾ ਜੋੜ 180 ਡਿਗਰੀ ਹੁੰਦਾ ਹੈ ਤ੍ਰਿਕੋਣ ਦੀਆਂ ਕੋਈ ਵੀ ਦੋ ਪੁਜਾਵਾਂ ਦੀ ਲੰਬਾਈ ਦਾ ਜੋੜ ਤੀਜੀ ਪੁਜਾ ਦੀ ਲੰਬਾਈ ਤੋਂ ਵੱਡਾ ਹੁੰਦਾ ਹੈ ਇੱਕ ਸਮਕੋਣ ਤ੍ਰਿਕੋਣ ਵਿੱਚ ਕਰਮ ਦੀ ਲੰਬਾਈ ਦਾ ਵਰਗ ਹੋਰ ਦੋਨੋਂ ਪੁਜਾਵਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ ਅਸੀਂ ਮੰਨ ਲੈਂਦੇ ਹਾਂ ਕਿ ਸਾਨੂੰ 8 ਸੈਂਟੀਮੀਟਰ, 7 ਸੈਂਟੀਮੀਟਰ ਅਤੇ 4 ਸੈਂਟੀਮੀਟਰ ਪੂਜਾਵਾਂ ਵਾਲਾ ਇੱਕ ਤ੍ਰਿਕੋਣ ਬਣਾਉਣਾ ਕਿਹਾ ਗਿਆ ਹੈ। ਜਿਵੇਂ ਇੱਥੇ ਦਿਖਾਇਆ ਗਿਆ ਹੈ ਕਿ ਅਸੀਂ ਤ੍ਰਿਕੋਣ ਦੀਆਂ ਦੋ ਪੂਜਾਵਾਂ 8 ਸੈਂਟੀਮੀਟਰ ਅਤੇ 7 ਸੈਂਟੀਮੀਟਰ ਨੂੰ ਬਣਾਉਣਾ ਸ਼ੁਰੂ ਕਰਾਂਗੇ ਅਤੇ ਇਸ ਤੋਂ ਬਾਅਦ ਅਸੀਂ 4 ਸੈਂਟੀਮੀਟਰ ਵਾਲੀ ਲੰਬਾਈ ਦੀ ਤੀਜੀ ਪੂਜਾ ਨੂੰ ਖਿੱਚਾਂਗੇ। ਇੱਥੇ ਅਸੀਂ ਵੇਖ ਸਕਦੇ ਹਾਂ ਕਿ ਇਸ ਤ੍ਰਿਕੋਣ ਦੀ ਰਚਨਾ ਨਹੀਂ ਕੀਤੀ ਜਾ ਸਕਦੀ। ਇਸ ਲਈ ਅਸੀਂ ਦੇਖਦੇ ਹਾਂ ਕਿ ਇਸ ਤ੍ਰਿਕੋਣ ਨੂੰ ਸ਼ਾਇਦ ਅਸੀਂ ਰੂਲਰ ਨਾਲ ਨਹੀਂ ਬਣਾ ਸਕਦੇ ਪਰ ਅਸੀਂ ਇਸ ਤ੍ਰਿਕੋਣ ਨੂੰ ਰੂਲਰ ਅਤੇ ਕੰਪਾਸ ਦੀ ਮਦਦ ਨਾਲ ਬਣਾ ਸਕਦੇ ਹਾਂ ਆਓ ਹੁਣ ਅਸੀਂ ਤ੍ਰਿਕੋਣ ਬਣਾਉਣ ਲਈ ਰੂਲਰ ਜਾਂ ਪੈਮਾਨੇ ਅਤੇ ਕੰਪਾਸ ਦੀ ਵਰਤੋਂ ਕਰਾਂਗੇ ਪਰ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਕੀ ਦਿੱਤੀ ਹੋਈ ਮਾਪ ਦੀਆਂ ਪੂਜਾਵਾਂ ਵਾਲਾ ਤ੍ਰਿਕੋਣ ਬਣਾਉਣਾ ਸੰਭਵ ਹੈ ਜਾਂ ਨਹੀਂ ਇਥੇ ਅਸੀਂ ਦੇਖਦੇ ਹਾਂ ਕਿ ਤਿਕੋਣ ਦੀਆਂ ਦੋ ਪੂਜਾਵਾਂ ਦੀ ਲੰਬਾਈਆਂ ਦਾ ਜੋੜ ਤੀਜੀ ਪੂਜਾ ਦੀ ਲੰਬਾਈ ਤੋਂ ਵੱਡਾ ਹੈ ਪਹਿਲਾਂ ਅਸੀਂ ਰੂਲਰ ਦੀ ਵਰਤੋਂ ਨਾਲ 6 ਸੈਂਟੀਮੀਟਰ ਲੰਬਾਈ ਵਾਲਾ ਇੱਕ ਰੇਖਾਖੰਡ ਖਿੱਚਾਂਗੇ ਫਿਰ ਕੰਪਾਸ ਦੀ ਵਰਤੋਂ ਕਰਕੇ ਅਤੇ L ਨੂੰ ਕੇਂਦਰ ਮੰਨਦੇ ਹੋਏ ਅਸੀਂ ਇੱਕ 5 ਸੈਂਟੀਮੀਟਰ ਅਰਧ ਵਿਆਸ ਦੀ ਇੱਕ ਚਾਪ ਖਿੱਚਾਂਗੇ ਇਕ ਵਾਰ ਫਿਰ ਕੰਪਾਸ ਦੀ ਵਰਤੋਂ ਕਰਕੇ ਅਤੇ M ਨੂੰ ਕੇਂਦਰ ਮੰਨਦੇ ਹੋਏ ਅਸੀਂ ਇੱਕ 7 ਸੈਂਟੀਮੀਟਰ ਅਰਧਵਿਆਸ ਦੀ ਇੱਕ ਚਾਪ ਖਿੱਚਾਂਗੇ। ਹੁਣ ਅਸੀਂ ਦੇਖ ਸਕਦੇ ਹਾਂ ਕਿ ਦੋਨੋਂ ਚਾਪ ਇੱਕ ਦੂਜੇ ਨੂੰ ਬਿੰਦੂ N ਤੇ ਕੱਟਦੇ ਹਨ। ਅਸੀਂ ਰੇਖਾਖੰਡ LN ਅਤੇ MN ਨੂੰ ਜੋੜਾਂਗੇ। ਇਸ ਤਰੀਕੇ ਨਾਲ ਸਾਨੂੰ ਦਿੱਤੀ ਮਾਪ ਦਾ ਤਿਕੋਣ LMN ਮਿਲ ਜਾਵੇਗਾ।